ਹਾਂਜੀ ਵੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਆ ਸਾਰੇ ਵਧੀਆ ਹੋਵੋਗੇ ਤੁਸੀਂ ਦੇਖ ਰਹੇ ਹੋ ਦਿਆਕਰਨ ਵਲੌਗਸ ਤੇ ਮੈਂ ਹੈਗਾ ਦਿਆਕਰਨ ਜਿਵੇਂ ਕਿ ਬਹੁਤ ਸਾਰੇ ਤੁਹਾਡੇ ਵਾਸਤੇ ਮੋਡੀਫਿਕੇਸ਼ਨ ਟਰੈਵਲ ਵਲੌਗਸ ਤੇ ਆਟੋਮੋਬਾਈਲ ਦੇ ਵਲੌਗਸ ਲੈ ਕੇ ਆਉਂਦਾ ਰਹਿਣਾ ਹੈ ਅੱਜ ਫੇਰ ਮੈਂ ਪਹੁੰਚਿਆ ਹਾਂ ਬਿਗ ਡੈਡੀ ਮੋਡੀਫਾਈਡ ਜਲੰਧਰ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਉਹ ਨੈਕਸਟ ਲੈਵਲ ਮੋਡੀਫਿਕੇਸ਼ਨ ਵਗੈਰਾ ਜਾਂ ਬਹੁਤ ਯੂਨੀਕ ਜੇ ਕੰਮ ਕਰਦੇ ਨੇ ਅੰਕਲ ਜੀ ਸਾਸਿਕਾਲ ਜੀ ਪਹਿਲਾਂ ਦੇ ਤੇ ਪਹਿਲੀ ਦੀ ਗੱਲ ਆ ਵੀ ਬਹੁਤ ਲੇਟ ਵਲੌਗ ਪਾ ਰਹੇ ਹਾਂ ਕਿਉਂਕਿ ਮੈਂ ਬਿਜ਼ੀ ਸੀਗਾ ਪਰ ਕੰਮ ਵਰਕਸ਼ਾਪ ਚ ਚੱਲਦਾ ਤੇ ਅੰਕਲ ਅੱਜ ਮੈਂ ਚਾਹੁੰਦਾ ਕਿ ਆਪਾਂ ਵੈਸੇ ਤੇ ਚਲੋ ਵਿਊਰਸ ਨੂੰ ਪਤਾ ਲੱਗ ਹੀ ਗਿਆ ਅਸੀਂ ਟਾਈਟਲ ਦੇ ਤਾ ਪਰ ਫਿਰ ਵੀ ਤੁਸੀਂ ਦੱਸ ਦਿਓ ਵੀ ਆਪਾਂ ਕੀ ਤਿਆਰ ਕੀਤਾ ਹੈ ਕਿਹੜਾ ਮਾਡਲ ਹੈ ਇਹ ਕੀ ਹੈ ਬੇਸਿਕਲੀ ਲੈਂਡ ਰੋਵਰ ਡਿਫੈਂਡਰ ਤਿਆਰ ਕੀਤੀ ਹੈ ਬਲੈਰੋ ਤੋਂ ਠੀਕ ਹੈ ਜੀ ਤੇ ਇਹ ਬਲੈਰੋ ਤੋਂ ਸਾਰੀ ਕਸਟਮ ਕੀਤੀ ਆਪਾਂ ਸਾਰੀ ਸਾਰੀ ਕਸਟਮਾਈਜ਼ ਕੀਤੀ ਇੱਥੇ ਕੀ ਕੀ ਆਪਾਂ ਕਰ ਲਿਆ ਲਈ ਸਾਰਾ ਇਹਦਾ ਸ਼ੈੱਲ ਬਣਾਇਆ ਕਿਉਂਕਿ ਲੁੱਕ ਵਾਈਜ਼ ਦੇ ਵੇਖਣ ਨੂੰ ਲੱਗਦਾ ਸਾਰਾ ਬੋਡੀ ਸ਼ੈਲੀ ਚੇਂਜ ਹੋਇਆ ਹੈ ਇਹਦਾ ਸਾਰਾ ਸਾਰੇ ਠੀਕ ਹੈ ਤੇਰੀ ਭਾਈ ਸਾਰੀ ਤੁਹਾਨੂੰ ਡਿਟੇਲ ਦਵਾਂਗੇ ਨਾਲ ਅੰਦਰ ਹੋਰ ਪਿੱਛੇ ਨਵੀਆਂ ਥਾਰਾਂ ਦਾ ਜਾਂ ਪੁਰਾਣੀਆਂ ਦਾ ਵੀ ਕੰਮ ਚੱਲਦਾ ਹੈ ਮੈਡਲ ਹਾਰਡ ਟਾਪ ਸਮਝ ਲਓ ਅਪਲਿਫਟ ਸਮਝ ਲਓ ਜਾਂ ਕੁਝ ਵੀ ਤੁਸੀਂ ਕਰਾਉਣਾ ਹੋਵੇ ਸਾਰਾ ਕੰਮ ਬਾਈ ਹੁਣੀ ਕਰਦੇ ਨੇ ਸਰ ਹੁਣੀ ਇੱਥੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਸਕਰੀਨ ਤੇ ਨੰਬਰ ਥੱਲੇ ਚੱਲੂਗਾ ਕੰਟੈਕਟ ਕਰਨ ਵਾਸਤੇ ਉੱਥੇ ਦਸਾਂ ਚੋਣ ਆਯੋਟੋਮੋਬਾਈਲ ਦੀ ਸਪੇਅਰ ਪਾਰਟ ਦੀ ਕੰਪਨੀ ਹੈ ਜਿਹਦੇ ਵਿੱਚ ਕਿ ਬਹੁਤ ਵੱਡੀ ਕੈਟਲੌਗ ਹੈ ਤੁਸੀਂ ਛੋਟੀ ਗੱਡੀ ਤੋਂ ਲੈ ਕੇ ਵੱਡੀ ਗੱਡੀ ਤੱਕ ਦਾ ਸਪੇਅਰ ਪਾਰਟ ਬਾਏ ਕਰ ਸਕਦੇ ਹੋ ਆਪਣੇ ਘਰੇ ਬੈਠੇ ਜਸਟ ਤੁਹਾਨੂੰ ਉਹਨਾਂ ਦੀ ਐਪਲੀਕੇਸ਼ਨ ਤੇ ਜਾਂ ਤੁਹਾਡੀ ਵੈਬਸਾਈਟ ਤੇ ਜਾ ਕੇ ਤੁਸੀਂ ਉੱਥੇ ਉਹਨਾਂ ਦੀ ਆਪਸ਼ਨ ਖੋਲ ਲੈਣੀ ਹੈ ਉੱਥੇ ਤੁਸੀਂ ਜਿਹੜੀ ਗੱਡੀ ਦਾ ਤੁਸੀਂ ਪਾਰਟ ਚਾਹੁੰਦੇ ਹੋ ਉਹ ਅਵੇਲੇਬਲ ਤੁਹਾਨੂੰ ਉੱਥੇ ਦੇਖ ਲੈਣਾ ਵੀ ਹੈਗਾ ਕਿਹੜੇ ਮਾਡਲ ਹੈ ਕੀ ਸਿਸਟਮ ਹੈ ਤੁਹਾਨੂੰ ਕਿਹੜਾ-ਕਿਹੜਾ ਚਾਹੀਦਾ ਸਾਰਾ ਉੱਥੇ ਸ਼ੋ ਹੋ ਜਾਊਗਾ ਤੇ ਤੁਸੀਂ ਉਹਨੂੰ ਆਰਡਰ ਕਰ ਸਕਦੇ ਹੋ ਬੜੇ ਇਜ਼ੀ ਤਰੀਕੇ ਨਾਲ ਤੁਹਾਡੇ ਘਰੇ ਜਾਂ ਤੁਹਾਡੇ ਗਰਾਜ ਵਿੱਚ ਵੀ ਜੇ ਤੁਹਾਨੂੰ ਪਾਰਟ ਪਸੰਦ ਨਹੀਂ ਆਉਂਦਾ ਤੁਸੀਂ ਇਹਨੂੰ ਵਾਪਸ ਵੀ ਕਰ ਸਕਦੇ ਹੋ ਵਿਦਨ 10 ਡੇਸ ਤੇ ਉਹਦੀ ਤੁਹਾਨੂੰ ਪ੍ਰਾਈਸ ਵਗੈਰਾ ਜਿਹੜੀ ਪੈਸੇ ਤੁਹਾਡੇ ਅਕਾਊਂਟ ਚ ਵਾਪਸ ਵੀ ਆ ਜਾਣਗੇ ਤੇ iOS Android ਤੇ ਸਾਰੇ ਕਿਤੇ ਇਹ ਅਵੇਲੇਬਲ ਆ ਤੁਸੀਂ ਉਹਦੀ ਐਪਲੀਕੇਸ਼ਨ ਡਾਊਨਲੋਡਸ ਕਰਕੇ ਸਰਵਿਸਿਜ਼ ਲੈ ਸਕਦੇ ਹੋ ਤੇ ਬਹੁਤ ਹੀ ਵਧੀਆ ਉਮੀਦ ਆ ਤੁਸੀਂ ਇਹਦਾ ਫਾਇਦਾ ਲਿਓਗੇ ਸਾਰੇ ਦੋਸਤੋ ਇਹ ਦੀ ਪਹਿਲੀ ਤੇ ਗੱਲ ਆ ਵੀ ਆਪਾਂ ਵਲੌਗ ਸ਼ੁਰੂ ਕਰਦੇ ਆ ਫਰੰਟ ਲੁੱਕ ਆ ਜਾਂਦੀ ਹੈ ਇਦੇ ਵਿੱਚ ਕੀ ਤੁਸੀਂ ਦੇਖ ਸਕਦੇ ਹੋ ਕਿ ਟੋਟਲੀ ਚੇਂਜ ਹੈ ਤੇ ਇੱਥੇ ਤੁਹਾਨੂੰ ਗੱਡੀ ਦਾ ਪਤਾ ਨਹੀਂ ਲੱਗਣਾ ਐਕਚੁਅਲ 'ਚ ਕਿਵੇਂ ਤਿਆਰ ਹੋਈ ਅੰਗਲਾ ਪਹਿਲਾਂ ਮਕੈਨਿਕਲ ਕੰਮ ਤੇ ਨਹੀਂ ਆਪਾਂ ਕੀਤਾ ਨਹੀਂ ਮਕੈਨਿਕਲ ਕੋਈ ਨਹੀਂ ਮਕੈਨਿਕਲ ਕੋਈ ਨਹੀਂ ਕੀਤਾ ਸਿਰਫ ਆਪਾਂ ਸ਼ੈਲ ਦਾ ਕੰਮ ਕੀਤਾ ਹਨਾ ਬੋਡੀ ਸ਼ੈਲ ਦਾ ਕੀਤਾ ਗੱਡੀ ਲਿਫਟ ਕੀਤੀ ਗੱਡੀ ਲਿਫਟ ਕੀਤੀ ਕਿੰਨੇ ਇੰਚ ਕੀਤੀ ਫੇ ਆਪਾਂ 4 ਇੰਚ 4 ਇੰਚ ਬਾਈ ਤੁਸੀਂ ਦੇਖ ਸਕਦੇ ਹੋ ਕਿਉਂਕਿ ਗੱਡੀ ਲਿਫਟ ਕਰਨੀ ਹੀ ਪੈਣੀ ਸੀ ਇਹਦਾ ਸਾਈਡ ਐਂਗਲ ਆ ਜਾਂਦਾ ਸਾਰਾ ਪਰ ਉਸ ਤੋਂ ਪਹਿਲਾਂ ਆਪਾਂ ਫਰੰਟ ਦੀ ਗੱਲ ਕਰ ਲਈ ਤੇ ਬੰਪਰ ਵੀ ਮੇਰੇ ਨਾਲ ਬਣਾਇਆ ਆਪਾਂ ਬੰਪਰ ਵੀ ਬਣਿਆ ਬੰਪਰੇ ਫਿਰ ਮੈਟਲ 'ਚ ਤੇਰੇ ਉਤੇ ਇਹ ਰੈਪਟਰ ਕੋٹنگ ਵਗੈਰਾ ਆਪਾਂ ਕੀਤੀ ਆ ਹਨਾ ਤੇ ਇਹ ਵੀ ਅਗਲੀ ਚੀਜ਼ ਦੱਸਿਓ ਵਾਹੇ ਬਹੁਤ ਸਾਰੇ ਲੋਕ ਅੱਜਕੱਲ ਜਿੱਦਾਂ ਕਹਿ ਦਿੰਦੇ ਪਈ ਅਸੀਂ ਰੈਪਟਰ ਕੋٹنگ ਕਰਦੇ ਆ ਇਹ ਐਕਚੁਅਲ ਵਾਲੀ ਹੁੰਦੀ ਏ ਜਾਂ ਜਸਟ ਇਹਨੂੰ ਲਾਈਕ ਪੇਂਟ ਵੀ ਅੱਜਕੱਲ ਲੋਕ ਕਰਾਉਣ ਲੱਗ ਗਏ ਨਹੀਂ ਨਹੀਂ ਇਹ ਰੈਪਟਰ ਕੋਟਿੰਗ ਹੁੰਦੀ ਐ ਐਕਚੁਅਲ 'ਚ ਬਾਈ ਇਹਦੇ ਫਾਇਦੇ ਬਸੇਰੇ ਹੁੰਦੇ ਐ ਇਸ ਕਰਕੇ ਉਹ ਵੀ ਧਿਆਨ ਰੱਖਿਓ ਤੇ ਇਹ ਤੁਸੀਂ ਦੇਖ ਸਕਦੇ ਹੋ ਲਾਈਟਸ ਵਗੈਰਾ ਵੀ ਪ੍ਰੋਪਰ ਜਿੱਦਾਂ ਇਹਦੀ ਆਉਂਦੀਆਂ ਸੀਗੀਆਂ ਇਹ ਉਦਾਂ ਦੀਆਂ ਬਣਾਈਆਂ ਨੇ ਲਗਲੇ ਸਾਨੂੰ ਉਹਨਾਂ ਨੇ ਫੋਟੋ ਦਿੱਤੀ ਸੀਗੀ ਵਿਖਾ ਕੇ ਜਾਂ ਕੀ ਕੀਤਾ ਸੀ ਸੇਰੋ ਹਨ ਨੇ ਇਹੀ ਕਿਹਾ ਸੀ ਗੱਡੀ ਡਿਫੈਂਡਰ ਬਣਾਣੀ ਡਿਫੈਂਡਰ ਬਣਾਣੀ ਆ ਠੀਕ ਹੈ ਇਸ ਕਰਕੇ ਭਾਈ ਉਹ ਚੀਜ਼ ਬਣਾਈ ਹੈ ਸਾਰਾ ਮੈਟਲ ਹੈਵੀ ਬੰਪਰ ਜਿਹੜਾ ਉਹ ਬਣਿਆ ਹੋਇਆ ਇਹਦੀ ਗ੍ਰਿਲ ਤੱਕ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਇਹ ਪ੍ਰੋਪਰ ਮੈਟਲ ਦੀ ਬਣੀ ਸਾਰੀ ਮੈਟਲ ਇਹ ਆਪਾਂ ਫਾਈਬਰ ਦਾ ਕੰਮ ਕੋਈ ਨਹੀਂ ਕੀਤਾ ਕੋਈ ਫਾਈਬਰ ਕੁਛ ਨਹੀਂ ਕੀਤਾ ਫਾਈਬਰ ਦਾ ਸਾਰਾ ਮੈਟਲ ਦਾ ਹੀ ਬਣਾਇਆ ਗਿਆ ਵਿਥ ਪ੍ਰੋਜੈਕਟਰ ਵੀ ਇਹਦੇ ਵਿੱਚ ਲਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਇਹਦੀ ਕਟਿੰਗ ਵਗੈਰਾ ਸਾਰੀ ਜਿੱਦਾਂ ਦੀ ਹੁੰਦੀ ਹੈ ਓਦਾਂ ਦੀ ਇਹਦੀ ਲੁੱਕ ਬਣਾਈ ਗਈ ਸਾਰੀ ਇਹ ਵੀ ਤੁਸੀਂ ਦੇਖ ਸਕਦੇ ਹੋ ਇਹਦੀ ਕਰਵਸ ਫਿਨਿਸ਼ਿੰਗ ਦੀ ਗੱਲ ਕੀਤੀ ਹੈ ਬਹੁਤ ਹੀ ਸੋਹਣੀ ਫਿਨਿਸ਼ ਇਹਦੇ ਵਿੱਚ ਦਿੱਤੀ ਗਈ ਹੈ ਤੇ ਸਾਰੀ ਗੱਡੀ ਤੁਸੀਂ ਇੱਥੋਂ ਦੇਖ ਸਕਦੇ ਹੋ ਕਿ ਜਿੱਦਾਂ ਉਹਦੀ ਲੋਕ ਆਉਂਦੀ ਹੈ ਸਾਰੀ ਇਹਦੇ ਬਾਰੀਆਂ ਵਗੈਰਾ ਵੀ ਫਿਰ ਆਪਾਂ ਨੂੰ ਲੈ ਕੇ ਸਾਰੀ ਕਸਟਮ ਕਰਨੀ ਬਿਲਕੁਲ ਸਾਰਾ ਕਸਟਮਾਈਜ਼ਡ ਹੈ ਤੇ ਇਹ ਹੈਂਡ ਮੇਡ ਹੀ ਹੁੰਦਾ ਆਪਾਂ ਮਸ਼ੀਨਾਂ ਨਹੀਂ ਕਰਦੇ ਹਨਾ ਹੈਂਡ ਮੇਡ ਹੁੰਦਾ ਸਾਰਾ ਬਈ ਇਹਨੂੰ ਟਾਈਮ ਵੀ ਇਸ ਚੀਜ਼ਾਂ ਨੂੰ ਲੱਗਦਾ ਹੈ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਇਹਦਾ ਸਾਰਾ ਹੈਗਾ ਤੇ ਇਹ ਨਾਡੋ ਗ੍ਰੇ ਇਹਦੇ ਵਿੱਚ ਕਲਰ ਕੀਤਾ ਗਿਆ ਬੋਨਟ ਤਾਂ ਕਿ ਇਹਦਾ ਜਿਹੜਾ ਕਿ ਉਹਨਾਂ ਨੇ ਪ੍ਰੋਪਰ ਉਸ ਤਰੀਕੇ ਨਾਲ ਬਣਾਇਆ ਜਿੱਦਾਂ ਦੀ ਲੋਕ ਆਉਂਦੀ ਸੀ ਸ਼ੀਸ਼ਾ ਜਿਹੜਾ ਫਿਰ ਤੇ ਉਹ ਨਵਾਂ ਪੈ ਗਿਆ ਉਪਰੋਂ ਤੱਕ ਦੀ ਉਹਦੀ ਹਾਈਟ ਜਿਹੜੀ ਆ ਤੁਸੀਂ ਉਹ ਦੇਖ ਸਕਦੇ ਹੋ ਉਹ ਵੀ ਉਸ ਤਰੀਕੇ ਨਾਲ ਬਣਾਇਆ ਗਿਆ ਤੇ ਬਹੁਤ ਹੀ ਸੋਹਣੀ ਲੁੱਕ ਚ ਐਕਚੁਅਲ ਜਦੋਂ ਮੈਨੂੰ ਫੋਟੋ ਇਹਦੀ ਮੈਂ ਦੇਖਣ ਨੂੰ ਮਿਲੀ ਸੀ ਇੰਸਟਾਗ੍ਰam ਤੇ ਇਹਨਾਂ ਦੇ ਤੇ ਮੈਂ ਵੀ ਹੈਰਾਨ ਸੀ ਕਿ ਇਹ ਆਪਾਂ ਪ੍ਰਾਣੀ ਨੂੰ ਕਰ ਰਹੇ ਕਹਿੰਦੇ ਨਹੀਂ ਸਾਰੀ ਕਸਟਮ ਕੀਤੀ ਹੈ ਤੇ ਉਹ ਚੀਜ਼ ਆ ਜਾਂਦੀ ਹੈ ਸਾਈਡ ਤੋਂ ਇਹਦੀ ਗੱਲ ਕਰ ਲਈ ਤੇ ਲੈਂਥ ਵੀ ਫਿਰ ਆਪਾਂ ਇਹਦੀ ਉਨੀ ਰੱਖੀ ਹੈ ਨਹੀਂ ਲੈਂਥ ਲੰਬੀ ਕੀਤੀ ਲੰਬੀ ਕੀਤੀ ਹੈ ਓਕੇ ਤੇ ਲੈਂਥ ਤੁਸੀਂ ਦੇਖ ਸਕਦੇ ਹੋ ਲੰਬੀ ਕੀਤੀ ਹੈ ਤੇ ਸੀਟਰ ਇਹ ਆਪਾਂ 5 ਹੀ ਰਹਿਣਤੀ ਸੀਟ 5 5 ਮਤਲਬ ਉਹਨਾਂ ਨੇ ਵਧਾਈਆਂ ਨਹੀਂ ਸੀਟਾਂ ਨਹੀਂ ਵਧਾਈਆਂ ਤੇ ਇਸ ਕਰਕੇ ਉਹ ਚੀਜ਼ ਇਹ ਵੀ ਫੁੱਟ ਰੈਸਟ ਵਗੈਰਾ ਵੀ ਜਿਹੜੇ ਨੇ ਇਹ ਸਾਰੇ ਇਹਨਾਂ ਨੇ ਬਣਾਏ ਨੇ ਕਿਉਂ ਕਿ ਇਹ ਵੀ ਇਹਨੂੰ ਇਦਾਂ ਦੇ ਹੀ ਆਉਂਦੇ ਸੀਗੇ ਤੇ ਇਹ ਵੀ ਮੈਟਲ ਚ ਬਣੇ ਨੇ ਬਾਈ ਬਹੁਤ ਹੈਵੀ ਨੇ ਮੈਟਲ ਦੇ ਵਿੱਚ ਬਣੇ ਨੇ ਤੇ ਸੈਪਰੇਟ ਥੱਲੇ ਲੱਗੇ ਹੋਏ ਨੇ ਤੇ ਵਿੰਡੋਸ ਜਿਹੜੀਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਆਪਾਂ ਹੁਣ ਇਹਦੀ ਬੈਕ ਦੀ ਗੱਲ ਕਰ ਲਈਏ ਇਹ ਸ਼ੀਸ਼ਾ ਫਿਰ ਫਿਕਸ ਇਹ ਸ਼ੀਸ਼ਾ ਫਿਕਸ ਫਿਕਸ ਕਰ ਦਿੱਤਾ ਗਿਆ ਸ਼ੀਸ਼ਾ ਫਿਕਸ ਸੀਗਾ ਤੇ ਬੈਕ ਤੋਂ ਇਹਦੀ ਲੁੱਕ ਆਉਂਦੀ ਹੈ ਸਾਰੀ ਗੱਡੀ ਦੀ ਤੇ ਬਹੁਤ ਹੀ ਸੋਹਣੀ ਪਿੱਛੋਂ ਵੀ ਤੁਸੀਂ ਦੇਖ ਸਕਦੇ ਹੋ ਵੀ ਪ੍ਰੋਪਰ ਜਦਾਂ ਆਉਂਦੀ ਹੈ ਐਕਚੁਅਲ ਚ ਸਾਈਡ ਵਾਲੇ ਸ਼ੀਸ਼ੇ ਤੇ ਅੰਗਲ ਵਿੱਚ ਸ਼ੀਸ਼ੇ ਮਿਲ ਜਾਂਦੇ ਨੇ ਜਾਂ ਬਣਵਾਉਨੇ ਹੋ ਬਣਵਾਉਣੇ ਬਣਵਾਉਨੇ ਬਲ ਇਜ਼ੀਲੀ ਬਣ ਜਾਂਦੇ ਆ ਕਿਉਂਕਿ ਇਹ ਮੈਂ ਸਮਝਦਾ ਕਿ ਇਹ ਸ਼ੀਸ਼ੇ ਤਾਂ ਮਿਲਨੇ ਬਹੁਤ ਔਖੇ ਨੇ ਕਿਸੇ ਨੂੰ ਆਉਂਦੇ ਵੀ ਨਹੀਂ ਹੋਣੇ ਤੇ ਇਸ ਕਰਕੇ ਇਹ ਵੀ ਚੀਜ਼ ਹੈਗੀ ਆ ਬਈ ਕਿਉਂਕਿ ਅੱਗੇ ਆਪਾਂ ਇੱਕ ਉਦੋਂ ਮੈਨੂੰ ਯਾਦ ਆ ਕਿ ਸਕੋਰਪੀਓ 'ਚ ਆਪਾਂ ਮੂਨ ਰੂਫ ਲਾਈ ਸੀ ਤੇ ਉਹ ਬੜੀ ਸਾਡੀ ਫਾਇਰਲ ਹੋਈ ਸੀ ਤੇ ਵੀ ਤੁਸੀਂ ਦੇਖ ਸਕਦੇ ਹੋ ਵੀ ਸ਼ੀਸ਼ੇ ਵਗੈਰਾ ਤੁਸੀਂ ਛੱਤ ਪੂਰੀ ਜਿਹੜੀ ਮੂਨ ਰੂਫ ਚਾਹੁੰਦੇ ਉਹ ਵੀ ਲੱਗ ਜੂਗੀ ਤੇ ਇਸ ਕਰਕੇ ਪਿੱਛੇ ਇਹਦੇ ਅਲੋਏ ਦਿੱਤਾ ਗਿਆ ਵਿਦ ਵੀਲ ਵਿਦ ਟਾਇਰ ਤੇ ਇਹ ਜਿਹੜਾ ਵਾ ਵੱਖਰਾ ਲਾਇਆ ਗਿਆ ਮਤਲਬ ਕਿ ਇਹ ਲਾਈਕ ਸ਼ੈੱਲ ਦੇ ਨਾਲ ਨਹੀਂ ਰੱਖਿਆ ਗਿਆ ਇਹ ਵੱਖਰਾ ਰੱਖਿਆ ਗਿਆ ਤੇ ਇਹਦੀਆਂ ਪਿਛਲੀਆਂ ਲਾਈਟਸ ਜਿਹੜੀਆਂ ਨੇ ਜਿੱਦਾਂ ਦੀ ਉਹਦੇ ਚੋਂ ਆਉਂਦੀਆਂ ਸੀ ਉਦਾਂ ਦੀਆਂ ਹੀ ਇਹਦੇ ਵਿੱਚ ਲਾਈਆਂ ਗਈਆਂ ਨੇ ਬੰਪਰ ਪਿਛਲਾ ਵੀ ਜਿਹੜਾ ਇਹਦਾ ਮੈਟਲ ਦਾ ਬਣਿਆ ਤੇ ਇਹ ਵੱਖਰਾ ਖੁੱਲ ਵੀ ਜਾਂਦਾ ਇੱਥੋਂ ਤੁਸੀਂ ਖੋਲ ਸਕਦੇ ਹੋ ਖੋਲ ਕੇ ਇਹਦੀ ਪਿਛਲੀ ਡੋਰ ਜਿਹੜਾ ਵੱਖਰਾ ਹੋ ਜਾਂਦਾ ਤੇ ਉਹਦੇ ਵਿੱਚ ਤੁਸੀਂ ਆਪਣਾ ਸਮਾਨ ਵਗੈਰਾ ਡਿੱਗੀ ਵਗੈਰਾ ਲਈ ਯੂਜ਼ ਕਰ ਸਕਦੇ ਹੋ ਤੇ ਇਹ ਟਾਇਰ ਫਿਰ ਆਪਾਂ ਕਿਹੜੇ ਨੰਬਰ ਰੱਖਿਆ 33 12 15 ਤੇ ਇਹਦਾ ਨਾ ਇੰਜਨ ਨੂੰ ਕੋਈ ਫਰਕ ਤੇ ਨਹੀਂ ਪੈਂਦਾ ਨਹੀਂ ਗੱਡੀ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਇਹ ਟਾਇਰ ਇਹਨੂੰ ਵੱਡੇ ਹੀ ਸੋਹਣੇ ਲੱਗਨੇ ਸੀ ਇਸ ਕਰਕੇ ਉਹ ਲੱਗੇ ਨੇ ਤੁਸੀਂ ਦੇਖ ਸਕਦੇ ਹੋ ਇਧਰ ਫਿਊਲ ਟੈਂਕ ਆ ਗਿਆ ਇਹਦਾ ਠੀਕ ਹੈ ਇਹ ਸਾਰੀ ਇਹਦੀ ਸਾਈਡ ਲੁੱਕ ਆ ਜਾਂਦੀ ਹੈ ਇਧਰੋਂ ਗੱਡੀ ਦੀ ਤੇ ਇਹ ਕਾਫੀ ਤੁਸੀਂ ਦੇਖ ਸਕਦੇ ਹੋ ਕਿ ਕਿੱਟ ਵਗੈਰਾ ਇਹਦੇ ਜਿਹੜੀ ਪਈ ਹੋਈ ਹੈ ਅੰਦਰ ਪਈ ਹੁੰਦੀ ਹੈ ਟਾਇਰ ਇਹਨੂੰ ਬਿਲਕੁਲ ਬ੍ਰੈਂਡ ਨਿਊ ਟਾਇਰ ਪਏ ਹੋਏ ਨੇ ਤੇ ਇਹਦੀ ਹੁਣ ਗੱਲ ਕਰ ਲਈਤੀ ਜਾਵੇ ਅੰਦਰ ਇੰਟੀਰੀਅਰ ਦੀ ਠੀਕ ਹੈ ਤੁਹਾਨੂੰ ਇੰਟੀਰੀਅਰ ਵੀ ਦਿਖਾਉਣਾ ਹੈ ਉਹ ਵੀ ਸਾਰਾ ਇਹਨਾਂ ਵੱਲੋਂ ਕੀਤਾ ਗਿਆ ਇਹ ਲੈਦਰ ਹੁੰਦਾ ਫਿਰ ਅੰ ਪੂਰਾ ਪਿਓਰ ਲੈਦਰ ਹੁੰਦਾ ਜਾਂ ਮਿਕਸ ਨਹੀਂ ਨਹੀਂ ਲੈਦਰ ਫੋਮ ਫਾਰਮ ਹੁੰਦੀ ਹੈ ਠੀਕ ਹੈ ਤੇ ਇਹ ਬਈ ਇਹਨੂੰ ਟੈਨ ਇੰਟੀਰੀਅਰ ਨਾਲ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਥੱਲੇ ਤੱਕ ਦੀ ਮੈਟਿੰਗ ਵਗੈਰਾ ਸਾਰੀ ਜਿਹੜੀ ਉਹ ਵੀ ਕੀਤੀ ਗਈ ਹੈ ਤੇ ਇਹ ਵੀ ਲੈਦਰ ਰੈਪ ਅੱਜਕੱਲ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਹੋ ਜਾਂਦਾ ਤੁਸੀਂ ਕਿਸੇ ਗੱਡੀ ਦਾ ਵੀ ਕਰਵਾ ਸਕਦੇ ਹੋ ਇਹਦੀ ਛੱਤ ਦੇਖ ਸਕਦੇ ਹੋ ਬਹੁਤ ਸੋਹਣੀ ਉਹ ਵੀ ਛੱਤ ਬਣੀ ਹੈ ਸਨ ਰੂਫ ਵਗੈਰਾ ਦੀ ਰਿਕੁਆਇਰਮੈਂਟ ਉਹ ਨਹੀਂ ਸੀਗੀ ਪਰ ਉਹ ਵੀ ਲਵਾ ਸਕਦੇ ਹੋ ਸੀਟਸ ਜਿਹੜੀਆਂ ਨੇ ਉਹ ਪੁਰਾਣੀਆਂ ਨੂੰ ਹੀ ਇਹਨਾਂ ਨੇ ਲਾਈਕ ਪੁਰਾਣੀਆਂ ਸੀਟਾਂ ਸੀਗੇ ਮਨਨ ਤੋਂ ਉਹਨੂੰ ਉਹਦਾ ਸੀਆਰਪੀ ਦੀ ਸਾਰੀ ਉਹ ਸਾਰੀਆਂ ਲਾ ਕੇ ਤੇ ਇਹਨੂੰ ਪ੍ਰੋਪਰ ਉਹਦੀ ਨਵੇਂ ਸੀਟ ਕਵਰਸ ਜਾਂ ਕਹਿ ਸਕਦਾ ਹਾਂ ਬਾਕੀ ਡਿਫੀਟਡ ਜਿਹੜੇ ਨੇ ਉਹ ਇਹਨਾਂ ਨੇ ਕੀਤੇ ਨੇ ਪਿਲਰਸ ਤੱਕ ਜਿਹੜੇ ਨੇ ਉਹ ਇਹਨਾਂ ਨੇ ਪ੍ਰੋਪਰ ਇਹਦੇ ਨਵੇਂ ਬਣਾ ਦਿੱਤੇ ਤੇ ਬਾਕੀ ਅੰਦਰੋਂ ਤੁਸੀਂ ਦੇਖ ਸਕਦੇ ਹੋ ਪਿਛੋਂ ਵੀ ਤੁਹਾਨੂੰ ਦਿਖਾ ਦਿੰਦਾ ਹਾਂ ਇਹ ਸਾਰੀ ਇਹਦੀ ਬੈਕ ਲੁੱਕ ਆ ਜਾਂਦੀ ਹੈ ਤੇ ਇਹਦੇ ਵਿੱਚ ਸੀਟ ਜਿਹੜੀ ਖੁੱਲੀ ਲਾਈ ਗਈ ਹੈ ਕਿਉਂਕਿ ਸ਼ੌਂਕ ਨੂੰ ਬਣਵਾਈਆਂ ਕਿਸੇ ਨੇ ਲਾਈਕ ਪੀ ਡੇਲੀ ਯੂਜ਼ਲੀ ਨਹੀਂ ਬਣਾਈ ਸ਼ੌਂਕ ਲਈ ਬਣਾਈਆਂ ਤੇ ਸ਼ੌਂਕ ਲਈ ਚੀਜ਼ਾਂ ਇਦਾਂ ਹੀ ਹੁੰਦੀਆਂ ਨੇ ਤੇ ਇਹ ਦੀ ਸਾਰੀ ਬੈਕ ਸੀ ਕਿ ਇੱਕ ਚੀਜ਼ ਤੁਹਾਨੂੰ ਹੁਣ ਹੋਰ ਦਿਖਾਉਣਾ ਹੈ ਵੀ ਮੈਂ ਪੁੱਛ ਰਿਹਾ ਸੀ ਵੀ ਇਹ ਛੇਕ ਕਾਦੇ ਨੇ ਅੰਕਲ ਦੱਸਦੇ ਵੀ ਉਹਨੇ ਰੋਲ ਕੇਜ ਵੀ ਬਣਾਈਆਂ ਉੱਪਰ ਲਾਉਣ ਵਾਸਤੇ ਪ੍ਰੋਪਰ ਤੁਹਾਨੂੰ ਵੀ ਰੱਖ ਕੇ ਅਸੀਂ ਦਿਖਾ ਦਾਂਗੇ ਵੀ ਕਿੱਦਾਂ ਦੀ ਲੱਗਦੀ ਹੈ ਤੋ ਇਹ ਇਹਨਾਂ ਨੇ ਹੁਣ ਪ੍ਰੋਪਰ ਇਹਤੇ ਰੋਲ ਕੇਜ ਰੱਖ ਦਿੱਤੀ ਹੈ ਸਾਰੀ ਸਾਰੀ ਤੇ ਲਾਹ ਵੀ ਲਈ ਦਿਨ ਉੱਪਰ ਅੰਕਲ ਦੱਸ ਰਹੇ ਕਿ ਜਿੱਦਾਂ ਉਹ ਵੀ ਇਹਨਾਂ ਨੇ ਬਣਾਇਆ ਹੈ ਉੱਪਰ ਰੱਖਣ ਵਾਸਤੇ ਰੂਫ ਕੈਰੀਅਰ ਰੂਫ ਕੈਰੀਅਰ ਵੀ ਬਣਾਇਆ ਹੈ ਤੇ ਉਹਦੇ ਟੈਂਟ ਵਗੈਰਾ इजीली ਲੱਗ ਜਾਂਦਾ ਹੈ ਹਨਾ ਤੇ ਉਹਦੇ ਲਈ ਵੀ ਇਹ ਯੂਜ਼ ਹੋ ਜਾਂਦੀ ਹੈ ਤੇ ਕਾਫੀ ਹੈਵੀ ਹੁੰਦੀ ਹੈ ਇਹ ਜਿਹੜੀ ਪਾਈਪ ਹੁੰਦਾ ਰੋਲ ਕੇਜ ਵਾਲਾ ਤੇ ਇਹ ਜੁਆਇੰਟ ਕਰਕੇ ਬਣਦਾ ਜਾਂ ਇਹਨੂੰ ਸਾਰੇ ਪਾਈਪ ਨੂੰ ਬੈਂਡ ਕੀਤਾ ਜਾਂਦਾ ਨਹੀਂ ਨਹੀਂ ਇਹ ਜੁਆਇੰਟ ਕਰਕੇ ਜੁਆਇੰਟ ਕਰਕੇ ਬਣਦਾ ਠੀਕ ਹੈ ਤੇ ਅੰਕਲ ਹੁਣ ਅਗਲੀ ਬੰਨੇ ਗੱਲ ਆਉਂਦੀ ਹੈ ਵੀ ਇਹਨੂੰ ਕਿੰਨਾ ਕੁ ਟਾਈਮ ਲੱਗਿਆ ਬਣਾ 4k ਲੱਗੇ ਤੇ ਹੁਣ ਜੇ ਆਪਾਂ ਨੂੰ ਕੋਈ ਨਵਾਂ ਕੋਈ ਬੰਦਾ ਸਾਨੂੰ ਕਵੇ ਇਦਾਂ ਦੀ ਬਣਾ ਦੋ ਤੇ ਛੋਟੀ ਛੇਤੀ ਬਣ ਜੂ ਛੋਟੀ ਛੇਤੀ ਬਣ ਛੋਟੀ ਛੇਤੀ ਬਣ ਤੇ ਇੱਕ ਮੈਨੂੰ ਪਤਾ ਵੈਸੇ ਇਹਦੀ ਕੋਸਟ ਨਹੀਂ ਬਣਦੀ ਦੱਸਣੀ ਕਿਉਂਕਿ ਇਹ ਚੀਜ਼ਾਂ ਦੇ ਕੋਈ ਮੁੱਲ ਨਹੀਂ ਹੁੰਦੇ ਪਰ ਵਿਊਅਰ ਸਾਨੂੰ ਫਿਰ ਬਾਅਦ ਤੰਗ ਕਰਦੇ ਆ ਕਿ ਕਮੈਂਟ ਕਰਦੇ ਆ ਕੁਝ ਵੀ ਇੱਕ ਅੰਦਾਜ਼ਾ ਕੋਸਟ ਗੱਡੀ ਸਾਡੀ ਨਹੀਂ ਹੀ ਹੈਗੀ ਤੇ ਬਾਕੀ ਚਲੋ ਕਸਟਮਰ ਨੇ ਆਪਣੇ ਹਸਣਾ ਪੈਸੇ ਲਵਾਇਆ ਸਾਡਾ ਉਹ ਚ ਹੈ ਨਹੀਂ ਪਰ ਕਿੰਨਾ ਕੁ ਅੰਦਾਜ਼ਾ ਖਰਚਾ ਲਗਲੀ 5 ਲੱਖ ਰੁਪਏ ਦਾ 5 ਲੱਖ ਰੁਪਏ ਲੱਗ ਜਾਂਦਾ ਠੀਕ ਹੈ ਇਸ ਕਰਕੇ ਭਾਈ ਇਹ ਚੀਜ਼ ਹੈਗੀ ਹੈ ਤੁਸੀਂ ਵੀ ਤਿਆਰ ਕਲਾਵਾ ਆਪਾਂ ਅੰਦਰ ਦਿਖਾਉਨੇ ਆ ਵੀ ਕੀ ਕੀ ਹੋ ਰਿਹਾ ਵੈਸੇ ਇਹ ਬਾਈ ਸਾਰੀ ਇਹਨਾਂ ਦੀ ਵਰਕਸ਼ਾਪ ਹੈ ਜਿੱਥੇ ਅੱਗੇ ਵੀ ਆਪਾਂ ਦਿਖਾਉਂਦੇ ਰਹਨੇ ਆ ਤੇ ਇਹ ਸਾਰਾ ਇਹ ਆਪਾਂ ਥਾਰ ਨੂੰ ਕੀ ਇਹ ਪੁਰਾਣੀ ਥਾਰ ਅਜੇ ਵੀ ਟ੍ਰੈਂਡ ਚ ਹੈ ਹਾਂ ਬਿਲਕੁਲ ਬਿਲਕੁਲ ਅਜੇ ਵੀ ਲੋਕ ਇਹਦੇ ਤੇ ਲੱਗੇ ਹੋਇਆ ਪੈਸੇ ਲਾਉਣ ਦੇ ਨੇ ਜੇ ਨਾਲ ਜਿਆਦਾ ਲਾਈਕ ਕਰ ਦੇ ਜਿਆਦਾ ਲਾਈਕ ਕਰ ਦੇ ਜੀ ਮੈਂ ਵੀ ਵੈਸੇ ਫੀਲ ਕੀਤੀ ਹੈ ਜਿਵੇਂ ਤੁਸੀਂ ਦੇਖ ਸਕਦੇ ਤੇ ਬੰਪਰ ਵਗੈਰਾ ਕਿਸ ਨੇ ਮੈਟਲ ਦੇ ਬਣਵਾਉਣੇ ਆ ਗ੍ਰਿਲ ਚੇਂਜ ਕਰਾਉਣੀ ਆ ਇਹ ਬੈਕ ਵਾਲਾ ਬਣ ਰਿਹਾ ਆਈ ਥਿੰਕ ਹਨਾ ਇਹਦੇ ਉੱਤੇ ਟਾਇਰ ਹੈਂਗ ਹੋ ਜਾਂਦਾ ਤੇ ਇਹ ਚੀਜ਼ ਹੈਗੀ ਆ ਇਹਦੇ ਟਾਇਰ ਵੈਸੇ ਪ ਤੇ ਇਹਨੂੰ ਮੈਟਲ ਹਾਰਟ ਆਪ ਕਰ ਰਹੇ ਨੇ ਇਹ ਮਸਣਾ ਸੈਮੀ ਸੀਗੀ ਪਹਿਲਾਂ ਸੈਮੀ ਸੈਮੀ ਹੋਵੇ ਇਹ ਸਾਰਾ ਆਪਾਂ ਲਾ ਦਾਂਗੇ ਹਨਾ ਹਾਂਜੀ ਹਾਂਜੀ ਸਾਰਾ ਲੱਤ ਜੂਗਾ ਬਾਈ ਇਹ ਵੇਖ ਲਓ ਤੁਸੀਂ ਹਾਲ ਜਦੋਂ ਲਾਈਕ ਪੇ ਨਾਰਮਲ ਕਿਸੇ ਕੋਈ ਕਰਾਈ ਹੁੰਦੀ ਹੈ ਉਹਦਾ ਇਹ ਫੈਕਟ ਜਾਂਦਾ ਤੇ ਇਹਨੂੰ ਹੁਣ ਇਹਨਾਂ ਨੇ ਪ੍ਰੋਪਰ ਜਿਹੜਾ ਮੈਟਲ ਵਾਲਾ ਕਰ ਦੇਣਾ ਉਹ ਪਿੱਛੇ ਲੱਗੀ ਆ ਤੇ ਇਹ ਕੀ ਬਣਾ ਰਹੇ ਆਂ ਨਾ ਇਹ ਵੀ ਰੈਗੂਲਰ ਬਨ ਰਹੀ ਹੈ ਬਲੈਰੋ ਤੋਂ ਬਲੈਰੋ ਤੋਂ ਬਨ ਰਹੀ ਹੈ ਮਤਲਬ ਕਾਫੀ ਲੋਕਾਂ ਨੂੰ ਟ੍ਰੈਂਡ ਹੈਗਾ ਇਸ ਚੀਜ਼ ਦਾ ਸ਼ੌਂਕ ਹੈਗਾ ਤੇ ਬਾਈਸ ਇਹ ਵੀ ਜੋ ਰੈਡੀ ਹੋ ਜੂਗੀ ਤੁਹਾਨੂੰ ਇਹਦੀ ਵੀ ਅਪਡੇਟ ਦਵਾਂਗੇ ਪਰ ਇਹ ਅੰਕਲ ਦੱਸ ਰਹੇ ਸੀ ਵੀ ਬਹੁਤ ਸਪੈਸ਼ਲ ਬਣਨੀ ਇੱਕ ਚੀਜ਼ ਤੁਹਾਨੂੰ ਦਿਖਾਉਣਾ ਹੈ ਇੱਥੇ ਆਮ ਮਟੀਰੀਅਲ ਕੋਈ ਯੂਜ਼ ਨਹੀਂ ਕੀਤਾ ਹੁੰਦਾ ਇਹ ਮਿਗ ਬਿਲਡਿੰਗ ਯੂਜ਼ ਕੀਤੀ ਹੋਈ ਹੈ ਇਹਨਾਂ ਨੇ ਇਹਦੀ ਕੀ ਹੈ ਕਿ ਲਾਈਫ ਬਹੁਤ ਜ਼ਿਆਦਾ ਹੁੰਦੀ ਹੈ ਆਮ ਬਿਲਡਿੰਗ ਨਾਲੋਂ ਜਿਹੜੀ ਚਾਦਰ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਮੋਟੀ ਚਾਦਰ ਯੂਜ਼ ਕੀਤੀ ਹੈ ਕਿ ਸਾਰਾ ਮੈਟਲ ਦਾ ਹੀ ਕੰਮ ਹੁੰਦਾ ਇੱਥੇ ਦੂਜਾ ਕੰਮ ਕੋਈ ਨਹੀਂ ਹੁੰਦਾ ਬੋਨਟ ਵੇ ਦਾ オリジナル ਲੱਗਾ ਇਹ オリジナル ਬੋਨਟ ਹੈ ਫੇਤਰੀ ਪ੍ਰੋਪਰ ਫਿਟਿੰਗ ਵਗੈਰਾ ਆ ਜੂਗੀ ਇਸ ਕਰਕੇ ਇਹ ਵੀ ਚੀਜ਼ ਹੈ ਇਹ ਤੁਸੀਂ ਦੇਖ ਸਕਦੇ ਹੋ ਇਹਦਾ ਬੰਪਰ ਜਿਹੜਾ ਇਹ ਵੀ ਇਹਨਾਂ ਨੇ ਪ੍ਰੋਪਰ ਹੈਵੀ ਮੈਟਲ ਦਾ ਬਣਾਇਆ ਗਿਆ ਵੀ ਕੱਲ ਨੂੰ ਕਿਤੇ ਵੱਜੇ ਤੇ ਕੋਈ ਇਸ਼ੂ ਵੀ ਨਾ ਪਵੇ ਇਹਦੇ ਲੋਏ ਵਿਲਜ਼ ਵਗੈਰਾ ਪਹਿਲਾਂ ਪਾ ਲੈਂਦੇ ਤੇ ਸਾਰਾ ਇਹ ਕੰਮ ਚੱਲ ਰਿਹਾ ਇਹ ਆਪਣਾ ਮਾਡਲ ਮੇਰੇ ਸਾਹਮਣੇ ਬੈਰਲ ਸੀਗਾ ਡਬਲ ਬੈਰਲ ਡਬਲ ਬੈਰਲ ਸੀਗਾ ਇਹਨਾਂ ਕਿਉਂਕਿ ਮਾਡਲਸ ਦੇ ਨਾਮ ਵੀ ਹੈਗੇ ਆ ਇਸ ਕਰਕੇ ਉਸ ਹਿਸਾਬ ਨਾਲ ਤੇ ਇਹ ਇਹਨਾਂ ਨੇ ਦੁਬਾਰਾ ਥਾਰ ਦੇ ਉੱਤੇ ਤਿਆਰ ਕਰ ਰਹੇ ਨੇ ਕਿ ਤੁਹਾਡੀ ਕਿਉਂਕਿ ਉਹ ਵੀ ਬਹੁਤ ਸੋਹਣਾ ਮਾਡਲ ਹੈ ਕਾਫੀ ਤੁਸੀਂ ਉਹਨੂੰ ਪਿਆਰ ਦਿੱਤਾ ਸੀ ਅੰਦਰ ਉਹਦਾ ਇੰਟੀਰੀਅਰ ਵਗੈਰਾ ਥੋੜਾ ਬਹੁਤਾ ਹੋਇਆ ਅੱਛਾ ਇਹਦੇ ਉੱਪਰ ਛੱਤ ਜਿਹੜੀ ਹੈ ਉਹ ਦੂਜਾ ਮੂਨ ਰੂਫ ਵੀ ਕਰ ਰਹੇ ਆ ਅਜੇ ਵੀ ਲੋਕ ਹੈ ਹੈਗੇ ਆ ਇਸ ਕਰਕੇ ਇਹ ਵੀ ਤੁਸੀਂ ਦੇਖੜੀ ਆਪਾਂ ਅੱਗੇ ਗੱਲ ਕਰਦੇ ਸੀ ਵੀ ਕੀਤੀ ਸੀਗੇ ਮੂਨ ਰੂਫ ਸਾਰੀ ਛੱਤ ਤੇ ਸ਼ੀਸ਼ਾ ਪਾਤਾ ਪਲੱਸ ਸਨ ਰੂਫ ਵੀ ਲਾ हां वो चीज में लगी आपा आगे सनरूफ वाला व्लॉग ते नहीं पाया करी है ना ਤੁਸੀਂ ਇੰਸਟਾ ਤੇ ਪਾਈਆਂ ਸੀ ਫੋਟੋਆਂ ਨਹੀਂ ਇੱਕ ਵਾਰੀ ਆਪਾਂ ਵਲੌਗ ਪਾ ਚੁੱਕੇ ਹਾਂ ਸਰ ਪਰ ਵੈਸੇ ਜੇ ਸਨਰੂਫ ਲੱਗਾ ਉਹਦੇ ਤੇ ਨਹੀਂ ਪਾਇਆ ਸੀ ਮੂਰੂਫ ਤੇ ਸਨਰੂਫ ਲੱਗਾ ਪਾਇਆ हां ਉਹ ਪਾਇਆ ਸੀ ਸਰ हां ਉਹ ਪਾਇਆ ਸੀਗਾ ਠੀਕ ਹੈ ਤੇ ਉਹ ਚੀਜ਼ ਹੈਗੀ ਆ ਤੇ ਇੱਧਰ ਜਿਹੜੀ ਥਾਰ ਹੈ ਇਹ ਸੈਮੀ ਮੈਟਲ ਹਟ ਆਫ ਨਾਰਮਲ ਵਾਲਾ ਲੱਗ ਰਿਹਾ ਹੈ ਨਾ ਕਿਉਂਕਿ ਇਹਦੇ ਚ ਬਾਈ ਥੋੜੀ ਸ਼ੇਪ ਵੀ ਚੇਂਜ ਕਰਦੇ ਆ ਗੱਡੀ ਦੀ ਵੀ ਇਹ ਸਾਈਡ ਥੋੜਾ ਪੱਟੀ ਚੇਂਜ ਹੋ ਗਈ ਤੇ ਇਹਨਾਂ ਦਾ ਆਪਣੇ ਮਾਡਲ ਨੇ ਇਹ ਐਕਚੁਅਲ ਵਾਲਾ ਮਾਡਲ ਜਿਹੜਾ ਕਿ ਤੁਸੀਂ ਲਾਈ ਕਰਵਾ ਸਕਦੇ ਹੋ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਮੈਟਲ ਜਿਹੜਾ ਕਿ ਉਹਦਾ ਵਰਕ ਹੁੰਦਾ ਆਮ ਵਰਕ ਨਹੀਂ ਹੁੰਦਾ ਤੇ ਇਹ ਸਾਰਾ ਇਹ ਚ ਸ਼ੀਸ਼ਾ ਪੈ ਜਾਏਗਾ ਵੱਡਾ ਇਹ ਸ਼ੀਸ਼ਾ ਵੱਡਾ ਛੋਟਾ ਵੀ ਪਾ ਲਈਦਾ ਨਾ ਆਪਾਂ ਪਾ ਲਈਦਾ ਪਾ ਲਈਦਾ ਜਿੱਦਾਂ ਥੋੜੀ ਰਿਕੁਆਇਰਮੈਂਟ ਸੀ ਜਿਹਦੇ ਕਰਕੇ ਬਹੁਤ ਵੱਡਾ ਸ਼ੀਸ਼ਾ ਪਾਇਆ ਵੱਡਾ ਪਾਇਆ ਠੀਕ ਹੈ ਮੈਂ ਵੇਖਣਾ ਇਹਦੇ ਵਿੱਚ ਬਹੁਤ ਜ਼ਿਆਦਾ ਵੱਡਾ ਸ਼ੀਸ਼ਾ ਆਮ ਨਹੀਂ ਹੈਗਾ ਤੇ ਚਲੋ ਇਹਦਾ ਵਿਊ ਕਬਿਲਡਿੰਗ ਹੈ ਯੂਜ਼ ਕਰਦੇ ਆ ਜਿਵੇਂ ਮੈਂ ਅੱਗੇ ਦੱਸਿਆ ਸੀਗਾ ਤੇ ਇਹ ਪਿਛਲਾ ਸ਼ੀਸ਼ਾ ਵੀ ਕਾਫੀ ਵੱਡਾ ਇਹਦੇ ਚ ਪੈ ਰਿਹਾ ਚੰਗਲ ਅੱਜਕੱਲ ਇਹਦਾ ਕੀ ਰੇਟ ਚੱਲ ਰਿਹਾ ਨਾਰਮਲੀ ਮੈਟਲ ਹਾਟ ਉਪਰਾਉਣ ਦਾ ਸਵਾ ਲੱਖ ਸਵਾ ਗਲਾਖ ਕਿੰਨਾ ਕੀ ਟਾਈਮ ਅੱਜਕੱਲ ਲਾਉਨੇ ਆਪਾਂ ਇੱਕ ਮਹੀਨਾ ਲੱਗਦਾ 1 ਮਹੀਨਾ ਸਾਰ ਜਾਂਦਾ ਤੇ ਉਹ ਤਾਂ ਥੋੜਾ ਜਿਆਦਾ ਹੋਣਾ ਮੈਨੂੰ ਪਤਾ ਸਾਰਾ ਹੀ ਚੇਂਜ ਕਰਨਾ ਪੈਂਦਾ ਤੇ ਇਹ ਬਾਈ ਜਸਟ ਇੱਕ ਅਪਡੇਟ ਵਲੌਗ ਸੀਗਾ ਫਿਰ ਵੀ ਕਿਸੇ ਨੇ ਕੋਈ ਵੀ ਅਲਟਰੇਸ਼ਨ ਕਰਾਉਣੀ ਹੈ ਕਿਸੇ ਨੇ ਅਪਲਿਫਟ ਕਰਾਉਣੀ ਹੈ ਕੋਈ ਮੈਟਲ ਹਾਰਟ ਟਾਪ ਕਰਾਉਣੀ ਹੈ ਤੇ ਨਵੀਂ ਸਾਰ ਅੱਜ ਸਾਡੇ ਕੋਲ ਅਵੇਲੇਬਲ ਨਹੀਂ ਹੈਗੀ ਵੈਸੇ ਅੰਕਲ ਨੇ ਕੀਤੀਆਂ ਨੇ ਉਹ ਵੀ ਤੇ ਤੁਸੀਂ ਉਹ ਇਹਨਾਂ ਦੇ ਇੰਸਟਾਗ੍ਰam ਤੇ ਜਾਣ ਲੇਗੀ ਮੈਂ ਉੱਥੇ ਸ਼ੇਅਰ ਕਰ ਦੂੰਗਾ ਤੁਸੀਂ ਦੇਖ ਸਕਦੇ ਹੋ ਤੇ ਮੈਂ ਬਿਜ਼ੀ ਸੀ ਤਾਂ ਕਵਰ ਨਹੀਂ ਕਰ ਪਾਇਆ ਕਿਸੇ ਨੇ ਹਾਲ ਕਿ ਕਿਉਂਕਿ ਨਵੀਂ ਦਾ ਥਾਰ ਦਾ ਵੀ ਵਾਵਾ ਟ੍ਰੈਂਡ ਹੈਗਾ ਕਿਉਂਕਿ ਉਹ ਵੀ ਲੋਕਾਂ ਨੂੰ ਫੀਲ ਹੋਇਆ ਕਿ ਉਹਦੇ ਵਿੱਚ ਸੇਫ ਨਹੀਂ ਹੈਗੇ ਇੰਨਾ ਮੈਟਲ ਹਾਰਟ ਟੌਪ ਕਰਵਾ ਸਕਦੇ ਹੋ ਤੇ ਉਹ ਵੀ ਬੜੇ ਜੈਨੂਇਨ ਜੀ ਹੋ ਜਾਂਦੀ ਹੈ ਤੁਹਾਡੀ ਗੱਡੀ ਵਾਂਗੂ ਗੱਡੀ ਉਹ ਬਣ ਜਾਂਦੀ ਹੈ ਤੇ ਇਸ ਕਰਕੇ ਉਹ ਵੀ ਚੀਜ਼ ਤੁਸੀਂ ਕਰਵਾ ਸਕਦੇ ਹੋ ਬਾਕੀ ਕਿਸੇ ਗੱਡੀ ਦਾ ਕੋਈ ਬੰਪਰ ਬਣਵਾਉਣਾ ਹੈ ਹੁੱਕ ਬਣਵਾਉਣੀ ਹੈ ਜਾਂ ਕੁਝ ਵੀ ਤੁਹਾਨੂੰ ਕੰਮ ਹੋਵੇ ਤੁਸੀਂ ਉੱਤੇ ਗੱਲ ਕਰ ਸਕਦੇ ਹੋ ਨੰਬਰ ਚੱਲ ਰਿਹਾ ਹੈ ਸਕਰੀਨ ਤੇ ਤੇ ਥੈਂਕ ਯੂ ਸੋ ਮੱਚ ਅੰਕ ਤੇ ਆਪਾਂ ਕਿੰਨੇ ਤੋਂ ਕਿੰਨੇ ਅਵੇਲੇਬਲ ਹੁੰਨੇ ਆ ਇੱਥੇ 10 ਤੋਂ 7 ਵਜੇ ਤੇ ਕਾਲਜ਼ ਲਈ ਵੀ ਸੇਮ ਟਾਈਮ ਹੈ ਤੇ ਸੰਡੇ ਓਪਨ ਸੰਡੇ ਓਪਨ 10 ਤੋਂ 5 10 ਤੋਂ 5 ਤੇ ਇਸ ਕਰਕੇ ਤੁਸੀਂ ਵਿਜ਼ਿਟ ਕਰਨੀ ਹੈ ਤੇ ਵਰਕਸ਼ਾਪ ਵਿਜ਼ਿਟ ਵੀ ਕਰ ਸਕਦੇ ਹੋ ਬਾਕੀ ਤੁਸੀਂ ਕਾਲ ਤੇ ਗੱਲ ਕਰ ਸਕਦੇ ਹੋ ਤੇ ਥੈਂਕ ਯੂ so much for watching this vlog ਤੇ ਚੈਨਲ ਨੂੰ ਜਰੂਰ ਫੋਲੋ ਕਰ ਲਿਓ ਜਾਂਦੇ ਅਪਡੇਟਸ ਵਾਸਤੇ ਤੇ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋਂਦੇ underscore karand ਨਾਮ ਤੇ ਹੋਰ ਡੇਲੀ ਅਪਡੇਟਸ ਤੇ ਥੈਂਕ ਯੂ